ਦੁੱਧਾਂ ਵਿੱਚ ਮਧਾਣੀਆਂ ਬੋਲੀਆਂ ਸ਼ੁਰੂ ਹੋ ਗਈਆਂ ਸਨ। ਚਿੜੀਆਂ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਹ ਉਲਟੇ ਗੱਡੇ ਵਾਂਗ ਕੱਕੇ ਰੇਤੇ ਉੱਪਰ ਖਿਲਰਿਆ ਪਿਆ ਸੀ। ਉਸ ਨੂੰ ਹੋਸ਼ ਪਰਤ ਆਈ ਸੀ। ਉਹ ਮਹਿਸੂਸ ਕਰ ਰਿਹਾ ਸੀ ਕਿ ਸਾਰਾ ਸਰੀਰ ਨਿਢਾਲ ਸੀ, ਥਕਾਵਟ ਨਾਲ ਚੂਰ ਸੀ, ਪੋਟਾ ਪੋਟਾ ਦਰਦ ਕਰ ਰਿਹਾ ਸੀ। ਉਸਨੇ ਖਿਲਰਿਆ ਸਰੀਰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ, ਜਿਵੇਂ ਸਰੀਰ ਦੇ ਕਿਸੇ ਅੰਗ ਵਿੱਚ ਰੱਬ ਰਹੀਮ ਨਹੀਂ ਸੀ। ਚੜ੍ਹਦੇ ਵਿੱਚ ਲੋਹ ਲੱਗ ਗਈ ਸੀ। ਤੇਜ਼ ਅੱਗ ਜਿਵੇਂ ਹਨੇਰੇ ਦੀ ਚਾਦਰ ਨੂੰ ਖਾ ਗਈ ਸੀ। ਤਾਰੇ ਮੂੰਹ 'ਚ ਪਾ ਗਏ ਸਨ। ਉਸਨੇ ਹਿੰਮਤ ਕਰਕੇ ਉੱਠਣਾ ਸ਼ੁਰੂ ਕੀਤਾ। ਉਹ ਪੂਰਾ ਬਲ ਲਾ ਕੇ ਤੇਜ਼ੀ ਨਾਲ ਤੁਰਦਾ ਘਰ ਪਹੁੰਚ ਗਿਆ ਸੀ। ਸ਼ਾਮੋ ਦਰਵਾਜ਼ੇ ਨਾਲ ਛੁਪੀ ਖੜੀ ਸੀ। ਮਿੱਟੀ ਨਾਲ ਭੂਤ ਬਣਿਆ ਉਹ ਅੰਦਰ ਦਾਖਲ ਹੋਇਆ ਅਤੇ ਉਸਦੇ ਸੰਗੋਂ ਚੀਕ ਵੀ ਗੁੰਮ ਹੋ ਗਈ ਸੀ। ਉਹ ਪਹਿਲੀ ਰਾਤ ਵਾਂਗ ਸਿੱਧਾ ਛੱਤ 'ਤੇ ਜਾ ਕੇ ਸੌਂ ਗਿਆ। ਰਾਤ ਸ਼ਾਮੋ ਨੇ ਪੂਰੀ ਰਾਖੀ ਰੱਖੀ ਸੀ, ਪਰ ਪਤਾ ਨਹੀਂ ਕਿਸ ਵਕਤ ਉਸਦੀ ਅੱਖ ਲੱਗ ਗਈ ਸੀ। ਜਦ ਉਸਦੀ ਅੱਖ ਖੁੱਲ੍ਹੀ ਸੀ ਤਾਂ ਧਰਤੀ ਤੱਕ ਦਾ ਮੰਜਾ ਖਾਲੀ ਸੀ। ਉਹ ਪਤਾ ਨਹੀਂ ਕਿਹੜੀ ਕੂਟ ਚੜ੍ਹ ਚੁੱਕਿਆ ਸੀ। ਉਸਨੇ ਮੁੰਡਿਆਂ ਨੂੰ ਜਗਾਉਣਾ ਠੀਕ ਨਾ ਸਮਝਿਆ। ਉਹ ਸਾਰਾ ਦਿਨ ਕੰਮ ਦੇ ਭੰਨੇ ਘੂਕ ਸੁੱਤੇ ਸਨ। ਉਸਨੇ ਦੋਵੇਂ ਪੁੱਤਾਂ ਨੂੰ ਬੁਲਾ ਕੇ ਮੌਕਾ ਦਿਖਾਇਆ। ਉਹ ਬੇਖਬਰ ਸੁੱਤਾ ਗਹਿਰੀ ਨੀਂਦ ਦਾ ਆਨੰਦ ਲੈ ਰਿਹਾ ਸੀ। ਮਿੱਟੀ ਮੁੜਕੇ ਨਾਲ ਇਤਨਾ ਭਰਿਆ ਸੀ ਜਿਵੇਂ ਕਿਸੇ ਭਲਵਾਨ ਨਾਲ ਘੋਲ ਕਰਕੇ ਆਇਆ ਸੀ ਜਾਂ ਖੇਤ 'ਚੋਂ ਜੰਗਲ ਪੁੱਟ ਕੇ ਆਇਆ ਸੀ। ਉਹ ਅੱਧਾ ਮੰਜੇ ਤੋਂ ਥੱਲੇ ਲਟਕ ਰਿਹਾ ਸੀ। ਮਾਂ ਪੁੱਤ ਅਵਾਕ ਸੁੱਤੇ ਬਾਪੂ ਵੱਲ ਝਾਕ ਰਹੇ ਸਨ। ਉਹ ਡਰ ਗਏ ਸਨ, ਪਰ ਮਾਂ ਨੇ ਰੌਲਾ ਨਾ ਪਾਇਆ, ਚੁੱਪ ਰਹਿਣਾ ਹੀ ਠੀਕ ਸਮਝਿਆ। ਅੱਜ ਦੀ ਰਾਤ ਉਸ ਪਹਿਰਾ ਰੱਖਣ ਦਾ ਫੈਸਲਾ ਕਰ ਲਿਆ। ਉਹ ਧੁੱਪ ਵਿੱਚ ਵੀ ਸੁੱਤਾ ਰਿਹਾ। ਸੂਰਜ ਆਕਾਸ਼ੋਂ ਕਹਿਰ ਵਰਸਾਉਣ ਲੱਗ ਪਿਆ। ਸ਼ਾਮੋਂ ਨੂੰ ਤਰਸ ਆ ਗਿਆ। ਚੰਦਰਾ ਪਿਆ ਆਵੇ ਦੀ ਇੱਟ ਵਾਂਗ ਤਪ ਰਿਹਾ। ਸ਼ਾਮੋਂ ਤਰਸ ਨਾਲ ਤਪ ਗਈ ਸੀ। ਉਸਨੇ ਬੜੀ ਮੁਸ਼ਕਿਲ ਨਾਲ ਜਗਾਇਆ ਸੀ। ਹਾਲਤ ਕੀ ਬਣਾਈ ਹੈ, ਪਾਣੀ ਪਾਇਆ ਪਿਆ, ਨਹਾ ਲੈ, ਸ਼ਾਮੋਂ ਕਹਿ ਰਹੀ ਸੀ। ਨਹਾਉਣ ਨੂੰ ਮੈਂ ਮੁਕਲਾਵੇ ਲੈਣ ਤਾਂ ਨਹੀਂ ਜਾਣਾ। ਮੁਕਲਾਵੇ ਆਏ ਨੂੰ ਤਾਂ 20 ਸਾਲ ਹੋ ਗਏ, ਅਜੇ ਵੀ ਮੁਕਲਾਵਾ ਲੈਣ ਦਾ ਚਾਅ ਨਹੀਂ ਗਿਆ। ਸ਼ਾਮੋਂ ਥੋੜ੍ਹਾ ਹੱਸ ਪਈ ਸੀ। ਕੁਛ ਖਾ ਲੈ, ਮੈਨੂੰ ਸੌਣ ਦੇ। ਪਰ ਤੂੰ ਰਾਤਾਂ ਨੂੰ ਕਿੱਥੇ ਭੌਂਦਾ ਰਹਿਣਾ, ਤੂੰ ਮੇਰਾ ਸਿਰ ਨਾ ਖਾ। ਉਹ ਚੁੱਪ ਵੱਟ ਗਈ। ਉਹ ਚੁੱਪ ਸੀ, ਟੱਬਰ ਹੋਰ ਵੀ ਚੁੱਪ ਸੀ। ਰੋਟੀ ਖਾ ਕੇ ਉਹ ਛੱਤ 'ਤੇ ਪਹੁੰਚ ਗਿਆ। ਟੱਬਰ ਸਾਰਾ ਜਾਗਦਾ ਸੌਂ ਗਿਆ ਸੀ, ਪਰ ਹਰ ਕੋਈ ਚੁਕੰਨਾ ਸੀ, ਵੇਖਣਾ ਚਾਹੁੰਦਾ ਸੀ ਉਹ ਕਿੱਧਰ ਅਤੇ ਕਦ ਜਾਂਦਾ ਸੀ। ਪਰ ਉਹ ਲਿਟਿਆ ਪਿਆ ਸੀ, ਤਾਰੇ ਜਗਮਗ ਜਗਮਗ ਕਰ ਰਹੇ ਸਨ, ਛੜਿਆਂ ਦਾ ਰਾਹ ਪੂਰਾ ਜਗ ਰਿਹਾ ਸੀ, ਆਸਮਾਨ ਚੁੱਪ ਸੀ, ਸੰਸਾਰ ਚੁੱਪ ਸੀ, ਨੀਂਦਰ ਦੇ ਘੁਰਾੜੇ ਸੁਣਾਈ ਦਿੰਦੇ ਸਨ। ਕੋਈ ਸੁੱਤਾ ਪਾਸਾ ਮਾਰਦਾ ਸੀ ਤਾਂ ਮੰਜਿਆਂ ਦੀਆਂ ਚੂਲਾਂ ਚੀਕਦੀਆਂ ਸਨ। ਸ਼ਾਇਦ ਕੋਈ ਪਾਣੀ ਪੀ ਕੇ ਕੌਲੀ ਘੜੇ 'ਤੇ ਮੂਧੀ ਮਾਰਦਾ ਸੀ, ਸ਼ਾਇਦ ਕੜਿਆ ਦੁੱਧ ਪੀ ਕੇ ਗੜਬੀ 'ਤੇ ਕੌਲੀ ਮੂਧੀ ਮਾਰਦਾ ਸੀ। ਮੁੜ ਲੇਟਦਾ ਸੀ, ਬਾਂਸ ਦੀ ਮੰਜੀ ਦੀਆਂ ਚੂਲਾਂ ਚੀਕਦੀਆਂ ਸਨ, ਹੋਰ ਚੀਕਦੀਆਂ ਸਨ। ਕਿਸੇ ਨੂੰ ਥੋੜ੍ਹੀ ਖੰਘ ਵੀ ਛੱਡਦੀ ਸੀ, ਜਿਵੇਂ ਦਮ ਉਖੜ ਗਿਆ ਹੋਵੇ। ਬਾਕੀ ਚੁੱਪ ਸੀ, ਚੁੱਪ ਨੇ ਵੀ ਸਾਹ ਘੁੱਟ ਲਿਆ ਲੱਗਦਾ ਸੀ। ਉਹ ਉੱਠਿਆ, ਛੱਤ ਤੋਂ ਪਿੱਛੇ ਉੱਤਰ ਗਿਆ। ਕੋਈ ਖੜਕਾ ਨਹੀਂ ਸੀ। ਉਹ ਕਬਰਾਂ ਵਾਲੇ ਟਿੱਬੇ ਪਾਸ ਪਹੁੰਚ ਗਿਆ। ਸ਼ਾਮੋਂ ਭੜਕ ਕੇ ਜਾਗੀ, ਮੰਜੇ ਵੱਲ ਦੌੜੀ, ਮੰਜਾ ਖਾਲੀ ਸੀ, ਮੁੰਡੇ ਜਗਾਏ। ਤਿੰਨੇ ਮਾਂ ਪੁੱਤ ਅਚੰਬੇ ਵਿੱਚ ਅੱਖਾਂ ਅੱਡੀ ਇੱਕ ਦੂਜੇ ਵੱਲ ਝਾਕ ਰਹੇ ਸਨ। ਅਸੀਂ ਤਾਂ ਕੰਮ ਦੇ ਭੰਨੇ ਸੀ, ਪਤਾ ਨਹੀਂ ਕਿਹੜੇ ਵੇਲੇ ਅੱਖ ਲੱਗ ਗਈ, ਪਰ ਤੂੰ ਤਾਂ ਜਾਗਦੀ ਰਹਿਣਾ ਸੀ, ਵੱਡਾ ਮੁੰਡਾ ਕਹਿ ਰਿਹਾ ਸੀ। ਭਾਈ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਅੱਖ ਲੱਗ ਗਈ, ਜਿਵੇਂ ਕਿਸੇ ਭੈਣ ਨੇ ਫੂਕ ਮਾਰ ਕੇ ਸਾ ਦਿੱਤਾ ਹੋਵੇ। ਪਰ ਚੰਦਰਾ ਜਾਂਦਾ ਕਿੱਥੇ ਹੈ, ਕੀ ਪਤਾ ਕਿਹੜੇ ਭੂਤਾਂ ਨਾਲ ਲੁਕਣਮੀਚੀ ਖੇਡਣ ਜਾਂਦਾ। ਵੇਖੀ ਜਾਓ, ਸਾਨੂੰ ਸੌਣ ਦੇ। ਵੱਡੇ ਮੁੰਡੇ ਨੂੰ ਨੀਂਦਰ ਬਹੁਤ ਘੇਰ ਰਹੀ ਸੀ। ਉਹ ਖਿੱਜ ਗਿਆ, ਮੰਜੇ ਵਿੱਚ ਬੈਠਦਾ ਹੀ ਸੌਂ ਗਿਆ। ਦੂਜਾ ਮੁੰਡਾ ਵੀ ਸੌਂ ਗਿਆ, ਪਰ ਸ਼ਾਮੋਂ ਬੇਚੈਨ ਮੰਜੇ ਦੀ ਵਾਹੀ ਫੜ ਕੇ ਬੈਠੀ ਰਹੀ। ਉਸਨੂੰ ਉਕੀ ਸਮਝ ਨਹੀਂ ਸੀ ਉਹ ਕਿੱਧਰ ਜਾਂਦਾ ਹੈ। ਕਬਰਾਂ ਵਾਲੇ ਟਿੱਬੇ ਤੋਂ ਰੰਗਲੇ ਹੱਥ ਨਿਕਲੇ ਅਤੇ ਫਿਰ ਬਾਹਾਂ ਚੂੜੀਆਂ ਲੱਦੀਆਂ ਨਜ਼ਰ ਆਈਆਂ। ਗੁਲਾਬੀ ਸੂਟ ਵਿੱਚ ਸਜਿਆ ਵਜੂਦ ਨਜ਼ਰ ਆਇਆ, ਗੋਟੇ 'ਤੇ ਸਿਤਾਰਿਆਂ ਜੜਿਆ ਦੁਪੱਟਾ ਚਮਕਿਆ, ਲੰਮੀ ਗੁੱਤ ਕਾਲੇ ਨਾਗ ਵਾਂਗ ਫੁੰਕਾਰੇ ਮਾਰਦੀ ਧਰਤੀ ਛੂਹ ਰਹੀ ਸੀ। ਉਹ ਮਹਿੰਦੀ ਰੰਗੇ ਹੱਥਾਂ ਦੇ ਇਸ਼ਾਰਿਆਂ ਨਾਲ ਉਸਨੂੰ ਬੁਲਾ ਰਹੀ ਸੀ ਅਤੇ ਉਹ ਹੱਥਾਂ ਦੇ ਮਗਰ ਮਗਰ ਭੂਤਾਂ ਵਾਲੀ ਵਣ ਦੇ ਪਾਸ ਪੁੱਜ ਗਿਆ ਸੀ। ਵਣ ਇੱਕਦਮ ਚਮਕੀ, ਜਿਵੇਂ ਉਸਦੀ ਚੁੰਨੀ ਸਾਰੀ ਵਣ ਦੇ ਉੱਪਰ ਫੈਲ ਗਈ ਸੀ। ਸਿਤਾਰਿਆਂ ਜੜੀ ਚੁੰਨੀ ਵਿੱਚ ਵੱਡਾ ਵਣ ਦਾ ਘੇਰਾ ਤਾਜ ਮਹਿਲ ਦੇ ਗੁਬੰਧ ਵਾਂਗ ਚਮਕ ਰਿਹਾ ਸੀ, ਪਰ ਚਮਕ ਨਹੀਂ ਜਗ ਰਿਹਾ ਸੀ। ਕਦੇ ਚਾਨਣ ਵਿੱਚ ਗੇਹੂਆ ਰੰਗ ਵੱਧ ਜਾਂਦਾ ਸੀ ਅਤੇ ਕਦੇ ਹਰਾ ਅਤੇ ਕਦੇ ਗੂੜਾ ਲਾਲ ਰੰਗ ਵੱਧ ਜਾਂਦਾ ਸੀ। ਉਸ ਤੱਕਿਆ ਰੰਗਲੇ ਹੱਥਾਂ ਵਾਲੀ ਵਣ ਦੇ ਦਰ 'ਤੇ ਖੜ੍ਹੀ ਸੀ। ਵਣ ਤਾਂ ਉਸਦਾ ਸਿਰ ਸੀ ਜਿਸ ਉੱਪਰ ਰੰਗਲੀ ਚੁੰਨੀ ਲਈ ਹੋਈ ਸੀ। ਉਹ ਹੱਸ ਰਹੀ ਸੀ,
पर उसके हसदे दंद ना मुस्कुराते होठ नज़र आ रहे सन, सगों मिठा मिठा हसना सुनाई दे रहा सी। हासा जिमें आकाश चढ़ गया, जिमें किसी ने दीवे ने फूक मार दिती जां लालटेन की बत्ती बुझा दिती, तो रंगला दुपट्टा किसी के सिर पर सिमट गया। पता भी ना लग्या कद उस दुपट्टा पाला वालियां बेरियां तो अगे मैरे विचकार दी सारा वाले उच्चे टिब्बियां ते पहुँच गया सी। वह जिमें हवा विच उड़ रहा सी, उसके पैरां नूं ना मिट्टी लग रही सी ना गारा, ते रेत उपर तारियां दी खिड़ी मध्यम रोशनी वर रही सी जिमें दुध दी चिट्टी बारिश हो रही सी। टिब्बे दे सिखर वह लेट गया, अकै आनंद आ रहा सी। उसके सिर थले कोई पोला सिरहाणा सी ना ही किसी कूली बांह दा सिरहाणा सी। बाहां विच चूड़ियां ते गजरे कच दे नहीं सगों फुल्लां दे सन, जिमें फुल्लां दे ढेर ते लेटिया सी। सुगंधा की मस्ती उसके पुरचिंतन नूं छेड़ रही सी। फुल्लां वर्गे सुगंधत ते कूले सीने उसकी छाती नाल भिड़े हुए सन। हुसन ते जवानी दे रंगले वजूद नूं उह कलावे भर रहा सी, जिमें एक रंगला आथन दा बदल सी जिहड़ा उसके वस नहीं आ रहा सी। उह कक्के रेते ते लोटनियां लै रहा सी, जिमें कोई पानी विच गोते खांदे कुद्दे ते चुब्बियां मारदे, जिमें भादो का चौदवी का चंद बदलों में लुकन मिट्टी खेड़दे। एक चुप वरती सी, दुध रंगी चिट्टी पर मध्यम रोशनी फैली हुई सी। लम्मी बहुत लम्मी रुत नूं छोटे चांदी के घुंगरू जड़े हुए सन, पर घुंगरू बोले सन, वह अंदरों भरे नहीं सन। दूरों एक आवाज़ तेज़ आ रही सी, गड्डी वांग वधदी आई, क्रोधित बुढ़ी होंकदी आई सी। उसके हाथ फड़ी कौडियां वाले सप्प की सोटी छूक रही सी। बुढ़ी दे मूँह चों गुस्से की झग डिग रही सी, अखां लाल पेंजू सन जिन्हां चों गुस्से की अग दे अंगार वर रहे सन। उसकी छाती तो कोई हल्की चीक मार के उठ्या, एक दुपट्टा सुंगड़ गया, गुत उठ गई। उसकी छाती ते खुली रेशम की पंड एक वजूद उठ गया। बुढ़ी ने घुमा के सोटी मारी, सोटी रंगले शरीर नूं पानी वांग चीर गई। वजूद हड मास दा नहीं रंगले पानी दा बनिया सी, शायद एक रंगला बदल सी। रंगां दा भरिया बदल, सुगंधां दा भरिया बदल, दूजी सोटी वरन तो पहला वह रंगला वजूद बूर वाले छप्पड़ वाल दौड़ गया। बुढ़ी का चेहरा होर करूप हो गया, तरंगली दे सिंगड़ां वर्गे दंद होर लम्मे होके उसकी छाती विच खुबदे लगदे सन, ते उस दियां बाहां उन्हां नूं पासे करन लई हिल नहीं रहियां सन। सोटियां वर्गियां बाहां बेहस कक्के रेते उपर पईयां सन। एक कुक्कड़ दी बांग सुनाई दित्ती, दंद सिमट गए, बुढ़ी दा चेहरा सुंगड़ गया, अखां दी अग बुझ गई, ते उह लम्मियां पलांगा मारदी छप्पड़ वल दौड़ गई। उह अध बैठा दौड़ी जांदी बुढ़ी नूं तकदा रहा, फिर बुढ़ी इल बन गई जिहड़ी पिप्पल दे उच्चे टहने उपर जाके बैठ गई। वह घर परत्या, शामों ते मुंडे वेहड़े विच बैठे सन, वह चुप सन। उन्हां दियां नज़रां तों बचदा वह छत ते जाके सौं गया। घर विच सोच खड़ी हो गई, कुछ कु बंदे बुढ़ियां सलाह करन लई सद्दे गए, किसे गल दा लल ही नहीं लग रहा सी, मूँह सिर पैर ही नहीं सी। बुढ़ियां डर रही सन कि सारा ओपरी कसर दा चक्कर सी, किसे सियाने तो पुछ लैण दा विचार बनिया, पर तंद भी अजे होर सबर नाल सारा कुछ वेखण दा विचार बनिया। रात समय पूरा पहरा रखन ते पिछा करन दा विचार भी बनिया। रात दे 11 बजे सन, वह सारे मंजियां चों उस वल झाक रहे सन। मैनू लगदा बापू तां मंजे च है ही नहीं, एक मुंडे ने कहा। है वह सच ही मंजे विच नहीं सी, वह उठ के वाहोदाही घर के पिछवाड़े ते फिर छप्पड़ ते नेड़े दे खेतां विच घूम के आए, धरती तक दा कुछ पता नहीं सी। कई बंदे बुढ़ियां गहरी सोच विच सन। इस गल की हैरानी सी कि जदों उठ के जांदा सी तां घर वालियां नूं कोशिश करन ते भी खबर नहीं लगती सी, आखिर वह जांदा कित्थे सी। अज वह कबरां वाले टिब्बे पास पहुँचिया तां छम छम की आवाज़ आनी शुरू हो गई, जिमें दूरों कोई भज के दौड़ के उस पास आया होवे ते कोई साह उसके साह नाल टकराया होवे। शायद कोई धक धक करदा सीना भी उसकी छाती नाल लग्या सी। फिर छम छम की आवाज़ तुर पई, वह तेज़ छम छम मगर तुर रहा सी। छम छम की आवाज़ अठखेलियां करती सी, चुंगियां भरती सी। उसनू खबर नहीं सी कदों भारी भूतां वाली बण बेरियां ते मैरे विचों हुंदा उच्चे टिब्बियां पास पहुँच गया। थोड़ा समा वह टिब्बे दे उपर लिटदा अपना तपदा बदन ठारदा रहा, छम छम उसदे शरीरों उपर पुलांगा मारदी रही। वह अखां पाड़ पाड़ तकदा सी, पर उसनू रंगले हथ ना रंगला दुपट्टा ना कोई वजूद कोई आकार नज़र आउंदा सी। कदे कदे उसके साह नाल एक होंक दा साह टकराउंदा सी, ते इस तरह लगदा सी जिवें किसी ने अपनियां बाहां उसकी मोटी धौंद वाले वल दित्तियां होण। कदे कदे उन्हां बाहां दा भार मना मूही वध जांदा,
ਤਾਰਿਆਂ ਦਾ ਦੁੱਧ ਚਾਨਣ ਮਹੀਨੇ ਰਸ਼ਮਾਂ ਰਾਹੀਂ ਰੇਤ ਉੱਪਰ ਡੁੱਲ ਰਿਹਾ ਸੀ। ਕੋਈ ਵਜੂਦ ਉਸਦੇ ਮਜ਼ਬੂਤ ਕਲਾਵੇ ਵਿੱਚ ਭਖ ਰਿਹਾ ਸੀ, ਜਿਵੇਂ ਤੜਫ ਰਿਹਾ ਸੀ, ਜਿਵੇਂ ਉਸ ਅੰਦਰ ਕੋਈ ਅਗਨੀ ਪਾਰੇ ਵਾਂਗ ਥਰਕ ਰਹੀ ਸੀ। ਕੋਈ ਬੇਚੈਨ ਵਜੂਦ ਉਸਦੇ ਹਰ ਅੰਗ ਨਾਲ ਟਕਰਾ ਰਿਹਾ ਸੀ। ਛਮ ਛਮ ਵੱਧ ਰਹੀ ਸੀ, ਸਾਹਾਂ ਦੀ ਤੇਜ਼ੀ ਵੱਧ ਰਹੀ ਸੀ। ਸ਼ਾਇਦ ਟਿੱਬੇ ਦਾ ਰੇਤ ਵੀ ਉੱਡ ਰਿਹਾ ਸੀ, ਪਰ ਥੋੜ੍ਹੀ ਦੇਰ ਮਗਰੋਂ ਛਮ ਛਮ ਥੰਮ ਗਈ, ਸਾਹਾਂ ਦੀ ਤੇਜ਼ੀ ਮੱਧਮ ਹੋ ਗਈ। ਧਰਤੀ ਤੱਕ ਨਿਡਾਲ ਜਿਹਾ ਕੱਕੇ ਰੇਤੇ ਉੱਪਰ ਗੱਡਾ ਮੂਧਾ ਵੱਜਣ ਵਾਂਗ ਲੰਮਾ ਪਿਆ ਸੀ। ਬਹੁਤ ਦੇਰ ਪਿਆ ਰਿਹਾ, ਕੋਈ ਚੀਕ ਸੁਣਾਈ ਦਿੱਤੀ, ਭਿਆਨਕ ਚੀਕ ਸੀ। ਛਮ ਛਮ ਜਾਗੀ, ਤੇਜ਼, ਬਹੁਤ ਤੇਜ਼ ਬੂਰ ਵਾਲੇ ਛੱਪੜ ਵੱਲ ਮੁੱਕ ਗਈ। ਉਸ ਉੱਪਰ ਕੋਈ ਭਿਆਨਕ ਜਾਨਵਰ ਉੱਡਦਾ ਫਿਰਦਾ ਸੀ, ਗਿਰਜ ਸੀ, ਇੱਲ ਸੀ ਜਾਂ ਘੱਗੜ। ਉਹ ਚੀਕਦਾ ਸੀ ਜਿਵੇਂ ਦੰਦ ਪੀ ਰਿਹਾ ਸੀ। ਕੋਈ ਪੇਸ਼ ਨਹੀਂ ਜਾਂਦੀ ਸੀ, ਪਰ ਉਹ ਪੰਛੀ ਨਹੀਂ ਸੀ, ਇੱਕ ਸਾਇਆ ਹੀ ਸੀ। ਨਹੀਂ ਕੋਈ ਕਾਲਾ ਕੱਪੜਾ ਉੱਡਿਆ ਫਿਰਦਾ ਸੀ। ਇਸ ਤਰ੍ਹਾਂ ਦੂਰੋਂ ਤੇਜ਼ ਉਸ ਵੱਲ ਵੱਧਦਾ ਸੀ ਜਿਵੇਂ ਉਸਨੂੰ ਚੀਰ ਕੇ ਰੱਖ ਦੇਵੇਗਾ, ਉਸਦੀਆਂ ਬੋਟੀਆਂ ਆਪਣੇ ਪਹੁੰਚਿਆਂ ਵਿੱਚ ਨੋਚ ਕੇ ਲੈ ਜਾਵੇਗਾ। ਉਹ ਪੂਰਾ ਤਿਆਰ ਹੋ ਕੇ ਉਸਦਾ ਹਮਲਾ ਰੋਕਣ ਲਈ ਗੋਡੀ ਲਾ ਲੈਂਦਾ ਸੀ, ਅਤੇ ਉੱਛਲ ਕੇ ਜਾਨਵਰ ਦੇ ਪੰਖ ਨਹੀਂ ਕਾਲੇ ਕੱਪੜੇ ਦਾ ਲੜ ਫੜਨ ਲਈ ਆਪਣੀਆਂ ਮਜ਼ਬੂਤ ਬਾਹਾਂ ਫੈਲਾ ਦਿੰਦਾ ਸੀ। ਕਾਫੀ ਦੇਰ ਇਹ ਘੋਲ ਚੱਲਦਾ ਰਿਹਾ, ਉਸਨੂੰ ਪਰਤਣ ਦਾ ਵੀ ਪੂਰਾ ਮੌਕਾ ਨਹੀਂ ਮਿਲਦਾ ਸੀ ਜਦੋਂ ਸਾਇਆ ਉਸਦੇ ਪਿੱਛੋਂ ਹਮਲਾ ਕਰਦਾ ਸੀ। ਇਸ ਜੱਦੋ ਜਹਿਦ ਵਿੱਚ ਉਹ ਹੌਂਕ ਗਿਆ ਸੀ, ਕੁੱਕੜ ਨੇ ਵਾਂਗ ਦਿੱਤੀ ਤਾਂ ਉਹ ਸਾਇਆ ਆਕਾਸ਼ ਚੜ੍ਹ ਗਿਆ। ਉਹ ਥੱਕਿਆ ਮਨ ਦਾ ਘਰ ਪੁੱਜਿਆ। ਅੱਜ ਉਸ ਤੋਂ ਪੂਰੀ ਤਰ੍ਹਾਂ ਤੁਰਿਆ ਨਹੀਂ ਸੀ ਜਾ ਰਿਹਾ, ਜਿਵੇਂ ਕਿਸੇ ਨੇ ਉਸਦੀ ਸੱਤਿਆ ਚੂਸ ਲਈ ਹੋਵੇ, ਸਰੀਰੋਂ ਕੰਨ ਹੀ ਕੱਢ ਲਿਆ ਹੋਵੇ। ਸਾਹਮਣੇ ਵਿਹੜੇ ਵਿੱਚ ਟੱਬਰ ਤੋਂ ਇਲਾਵਾ ਹੋਰ ਵੀ ਸਿਆਣੇ ਬੁੜੀਆਂ ਬੰਦੇ ਖੁਰਲੀਆਂ 'ਤੇ ਚੜ੍ਹ ਬੈਠੇ ਸਨ। ਉਹਨਾਂ ਉਸਨੂੰ ਰੋਕਿਆ, ਉਹ ਜਵਾਬ ਨਹੀਂ ਦੇ ਰਿਹਾ ਸੀ। ਉਸਨੂੰ ਛੱਤ ਚੜ੍ਹਨੋਂ ਰੋਕਿਆ, ਪਰ ਉਹ ਰੁਕ ਨਹੀਂ ਰਿਹਾ ਸੀ। ਉਸਦੀਆਂ ਬਾਹਾਂ ਫੜ ਕੇ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ, ਉਸਨੇ ਬਾਹਾਂ ਤੋਂ ਸਰੀਰੋਂ ਮੁੜਕਾ ਪੂੰਝਣ ਵਾਂਗ ਪਾਸੇ ਹਟ ਗਏ। ਉਸਨੂੰ ਨੀਂਦਰ ਚੜ੍ਹੀ ਸੀ, ਸ਼ਾਇਦ ਉਸਨੂੰ ਉੱਕੀ ਹੋਸ਼ ਨਹੀਂ ਸੀ। ਉਸਨੂੰ ਬੋਲ ਬੋਲ ਕੇ ਜਗਾਇਆ ਜਾ ਰਿਹਾ ਸੀ, ਪਰ ਉਸਦੀ ਜਾਗ ਨਹੀਂ ਖੁੱਲ੍ਹ ਰਹੀ ਸੀ। ਇੱਕ ਨੇ ਪਾਣੀ ਦੀ ਬਾਲਟੀ ਉਸਦੇ ਸਿਰ ਵਿੱਚ ਪਾ ਦਿੱਤੀ, ਪਰ ਉਸਦੀ ਜਾਗ ਨਾ ਖੁੱਲ੍ਹੀ ਅਤੇ ਉੱਠ ਸਿੱਧਾ ਛੱਤ 'ਤੇ ਚਲਾ ਗਿਆ, ਜਾਂਦਾ ਹੀ ਮੰਜੇ ਵਿੱਚ ਡਿੱਗ ਕੇ ਸੌਂ ਗਿਆ। ਕਸਰ ਦਾ ਪੂਰਾ ਅਸਰ ਹੈ, ਪਰ ਅੰਮ੍ਰਿਤ ਵੇਲੇ ਤਾਂ ਅਸਰ ਰਹਿਣਾ ਨਹੀਂ ਚਾਹੀਦਾ। ਇਹ ਪਲੀਤ ਚੀਜ਼ਾਂ ਕਿਹੜੇ ਅੰਮ੍ਰਿਤ ਵੇਲੇ ਦੀ ਪਰਵਾਹ ਕਰਦੀਆਂ? ਇਹ ਮਹਾਰਾਜ ਤੋਂ ਨਹੀਂ ਡਰਦੀਆਂ, ਇਹ ਤਾਂ ਕੋਈ ਡਾਢੀ ਚੀਜ਼ ਪਿੱਛੇ ਲੱਗੀ ਹੈ। ਕੀਤਾ ਕੀ ਜਾਏ, ਖੋਈਆਂ ਵਾਲਾ ਮੌਲਵੀ ਲਿਆਓ, ਏਡੀ ਬਲੀ ਚੀਜ਼ ਨੂੰ ਕਾਲੇ ਇਲਮ ਵਾਲਾ ਹੀ ਕਾਬੂ ਕਰ ਸਕਦਾ। ਉਹ ਤਾਂ ਕੁੱਜੇ 'ਚ ਪਾ ਕੇ ਧਰਤੀ 'ਚ ਗੱਡ ਦੂ, ਸਦਾ ਲਈ ਯੱਬ ਵੱਢਿਆ ਜਾਊ। ਭਾਈ ਹੁਣੇ ਹੀ ਉੱਠ ਅਤੇ ਪਲਾਣਾ ਪੈ ਲੈ, ਅਤੇ ਆਥਣ ਤੱਕ ਸਿਆਣਾ ਲੈ ਕੇ ਆ। ਚੀਜ਼ ਘਰ ਘਰ ਗਈ ਤਾਂ ਨਿਕਲਣੀ ਮੁਸ਼ਕਿਲ ਹੋਜੂ, ਅਜੇ ਤਾਂ ਨਵੀਂ ਨਵੀਂ ਨਜ਼ਰ ਹੋਈ ਹੈ, ਘਰ ਛੁਡਾਇਆ ਜਾ ਸਕਦਾ। ਸਲਾਹ ਦੇ ਕੇ ਸਾਰੇ ਤੁਰ ਗਏ। ਧਰਤੀ ਤੱਕ ਛੱਤ 'ਤੇ ਘੂਕ ਸੁੱਤਾ ਪਿਆ ਸੀ, ਉਸਨੂੰ ਸੁਰਤ ਨਹੀਂ ਸੀ ਕਿ ਪਲ ਪਲ ਧੁੱਪ ਕਾਢੀ ਹੁੰਦੀ ਜਾ ਰਹੀ ਸੀ। ਢਲਦੇ ਪਰਛਾਵਿਆਂ ਤੱਕ ਸਿਆਣਾ ਪਹੁੰਚ ਗਿਆ, ਪਹਿਰਾਵੇ ਤੋਂ ਉਹ ਪਹੁੰਚਿਆ ਬੰਦਾ ਲੱਗਦਾ ਸੀ। ਕਾਲਾ ਚੋਗਾ, ਹੱਥ ਚਿਮਟਾ, ਕੋਕਿਆਂ ਵਾਲੀ ਕਾਲੀ ਧੌੜੀ ਦੀ ਜੁੱਤੀ ਅਤੇ ਹੱਥ ਵਿੱਚ ਕਾਲੀ ਸੂਫ ਦੀ ਮਾਲਾ, ਗਲ ਵਿੱਚ ਕੋਈ ਕਿਸਮ ਦੀਆਂ ਲੋਹੇ ਦੀਆਂ ਛੋਟੀਆਂ ਮੂਰਤੀਆਂ, ਵਾਲਾਂ ਨੂੰ ਮਹਿੰਦੀ ਅਤੇ ਮੱਥੇ ਵਿੱਚ ਹਰੀ ਪੱਟੀ ਬੰਨ੍ਹੀ ਹੋਈ ਸੀ। ਉਸਦੇ ਦੰਦ 'ਤੇ ਸੋਨੇ ਦਾ ਪੋਪਲਾ ਚੜ੍ਹਿਆ ਸੀ, ਉਹ ਹਰ ਸਮੇਂ ਮੂੰਹ ਵਿੱਚ ਕੋਈ ਜਾਪ ਕਰ ਰਿਹਾ ਸੀ। ਵਿਹੜੇ ਵਿੱਚ ਪੁੱਜਦਿਆਂ ਉਸਨੇ ਇੱਕ ਉੱਚੀ ਬਾਂਗ ਜਿਹੀ ਕੱਢੀ, ਧਰਤੀ ਤੱਕ ਸੁੱਤਾ ਸਿੱਧੇ ਦਾ ਸਿੱਧਾ ਉੱਠਿਆ, ਅੱਧ ਸੁੱਤਾ ਬੁਖਲਾਇਆ ਜਿਹਾ। ਇਹ ਕੌਣ ਹੈ, ਦੱਸੇਂਗੇ ਸਾਈਂ ਹਮ ਕੌਣ ਹੈ? ਫਿਰ ਵੀ ਪਤਾ ਤਾਂ ਲੱਗੇ, ਉਸਦੀਆਂ ਅੱਖਾਂ ਵਿੱਚ ਅਚੰਬਾ ਸੀ। ਇਸ ਕੀ ਆਗਿਆ ਮੈਂ ਕੋਈ ਹੈ, ਸਿਆਣਾ ਉਸ ਵੱਲ ਗੌਹ ਨਾਲ ਤੱਕ ਰਿਹਾ ਸੀ। ਇਸ ਨੂੰ ਬਾਹਰ ਕੱਢੋ ਬੂ ਬਣਾ ਕਿਸੇ ਥਾਂ ਦਾ, ਕਹਿ ਕੇ ਉਹ ਬਾਹਰ ਚਲਾ ਗਿਆ। ਹਮਰੇ ਸੇ ਬਹੁਤੀ ਦੇਰ ਅੱਖੀਂ ਮਿਲਾ ਕੇ ਬਾਤ ਨਾ ਕਰ ਸਕਤ ਹੈ, ਸਿਆਣਾ ਖੁਸ਼ ਸੀ। ਉਹ ਚੌਂਕੜੀ ਮਾਰ ਕੇ ਪਲੰਘ 'ਤੇ ਬੈਠ ਗਿਆ। ਵਿਹੜੇ ਵਿੱਚ ਪਰਛਾਵਾਂ ਠੰਡਾ ਹੋ ਗਿਆ ਸੀ, ਪਾਣੀ ਦੀਆਂ ਬਾਲਟੀਆਂ ਸੁੱਟ ਕੇ ਵਿਹੜੇ ਵਿੱਚ ਛਿੜਕਾਓ ਕੀਤਾ, ਠੰਡਾ ਠੰਡਾ ਲੱਗ ਰਿਹਾ ਸੀ। ਸਿਆਣਾ ਬੈਠਾ ਜਾਪ ਕਰਦਾ ਰਿਹਾ। ਰਾਤ ਸਮੇਂ ਉਸਨੇ ਧੂਣੀ ਤਪਾਈ ਸੀ, ਜਿਸ ਵਿੱਚ ਗੁੱਗਲ ਦਾ ਛਾਣ ਸੁੱਟ ਕੇ ਕਿਸੇ ਜਾਪ ਦੇ ਅੰਤ ਵਿੱਚ ਅੱਗ ਦੀ ਇੱਕ ਲੰਬ ਕੱਢਦਾ ਸੀ। ਧਰਤੀ ਤੱਕ ਬਾਹਰੋਂ ਆ ਕੇ ਇਹ ਕੌਤਕ ਤੱਕਦਾ ਰਿਹਾ, ਤੂੰ ਮੇਰੇ ਹੱਥੋਂ ਮਰੇਂਗੀ, ਉਸਨੇ ਸ਼ਾਮੋ ਨੂੰ ਡਰਾਇਆ। ਸ਼ਾਮੋ ਉਸ ਤੋਂ ਦੂਰ ਚਲੀ ਗਈ, ਉਸਦੀਆਂ ਅੱਖਾਂ ਵਿੱਚ ਕਹਿਰ ਚੜ੍ਹਿਆ ਸੀ। ਉਹ ਖਿੱਚਦਾ ਰਿਹਾ, ਪਰ ਬੋਲਣ ਤੋਂ ਸੰਕੋਚ ਕਰ ਗਿਆ। ਰਾਤ ਦੇ 11 ਵਜੇ, 2 ਵਜੇ ਅਤੇ ਫਿਰ 4 ਵਜੇ, ਅਤੇ ਕੁੱਕੜ ਨੇ ਬਾਂਗ ਦਿੱਤੀ ਅਤੇ ਸਿਆਣੇ ਨੇ ਆਪਣੀ ਧੂਣੀ ਬੰਦ ਕੀਤੀ। ਸਾਰਾ ਟੱਬਰ ਬਹੁਤ ਖੁਸ਼ ਸੀ ਕਿ ਧਰਤੀ ਤੱਕ ਮੰਜੀ 'ਤੇ ਸੁੱਤਾ ਰਿਹਾ। ਉਸਨੇ ਸਾਰੀ ਰਾਤ ਪਾਸਾ ਵੀ ਨਹੀਂ ਲਿਆ ਸੀ। ਇੱਕ ਇੱਕ ਜੀ ਨੇ ਉੱਠ ਉੱਠ ਕੇ ਦੇਖਿਆ ਸੀ, ਸਾਰੇ ਖੁਸ਼ ਸਨ ਅਤੇ ਸਾਰਿਆਂ ਤੋਂ ਵੱਧ ਸਿਆਣਾ ਖੁਸ਼ ਸੀ। ਅਸਾਂ ਭਗਤਾਂ ਬੜੀ ਸੇ ਬੜੀ ਚੀਜ਼ ਨਹੀਂ ਛੋੜੀ, ਮੇਰੇ ਸਾਥ ਸਾਰੀ ਰਾਤ ਲੜਾਈ ਕਰਤੀ ਰਹੀ, ਜਾਪ ਮੈਂ ਵਿਘਨ ਡਾਲਤੀ ਰਹੀ।
फिर रोने लगी कि मुश्किल से उसका घर बसा है, मत छुड़ाओ। हमने बोला किसी और घर चली जाओ, हम कुछ ना कहेंगे, ये तो हमारे भक्तों का घर है, छोड़ना पड़ेगा। आखिर हमला किया। तुहाडे ते हमला करती हैं, सख्त चीज़ें करती हैं, मगर हम पहले अपना इंतज़ाम करके बैठते हैं। पक्की कार ये लांग नहीं सकती, इसीलिए इनका हमला हमारे ऊपर असर नहीं करता।